ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਇਸ ਕਮੈਂਟ ਦੀ ਗੱਲ ਕਰਨ ਜਾ ਰਹੀ ਹਾਂ। ਇੱਕ ਮੈਡਮ ਹੈਗੇ ਆ ਜਿਨ੍ਹਾਂ ਦੁਆਰਾ ਇੱਕ ਸਵਾਲ ਪੁੱਛਿਆ ਜਾ ਰਿਹਾ ਕਿ ਸਰ ਓਪਨ ਲਿਸਟ ਵਿੱਚ ਮੰਨ ਲੈਂਦੇ ਹਾਂ ਉਹਨਾਂ ਦਾ ਨਾਮ ਆ ਗਿਆ, ਅਤੇ ਕੀ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ 100% ਆਪਾਂ ਮੰਨ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਪੱਕੀ ਹੋਣੀ ਆ? ਆਪਾਂ ਕਿਹਦੀ ਗੱਲ ਕਰ ਰਹੇ ਹਾਂ ਵੈਸੇ? ਮਾਸਟਰ ਕਾਡਰ, ED.T. ਜਾਂ ਫਿਰ ਲੈਕਚਰਾਰ, ਕੋਈ ਵੀ ਇਗਜ਼ਾਮ ਹੋ ਸਕਦਾ ਆ। ਈਵਨ ਹੋਰ ਵੀ ਜਿਹੜੇ SSC GD ਵਗੈਰਾ ਜਿੰਨੇ ਵੀ ਇਗਜ਼ਾਮ ਆਪਣੇ ਪੰਜਾਬ ਦੇ ਵਿੱਚ ਹੁੰਦੇ ਆ ਉਹਨਾਂ ਦੀ ਵੀ ਆਪਾਂ ਇਨਕਲੂਡਿੰਗ ਗੱਲ ਕਰ ਰਹੇ ਹਾਂ ਕਿ ਜੇਕਰ ਕੋਈ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਵੱਖ ਵੱਖ ਕੈਟੇਗਰੀਜ਼ ਹੁੰਦੀਆਂ ਨੇ, ਤੁਹਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਹੈ, ਅਤੇ ਉਸ ਲਿਸਟ ਦੇ ਵਿੱਚ ਕੁਝ ਪੋਸਟਾਂ ਦੀ ਗਿਣਤੀ ਵੀ ਹੁੰਦੀ ਆ। ਜੇ 1000 ਪੋਸਟਾਂ ਆ ਗਈਆਂ ਉਹਦੇ ਵਿੱਚ ਮੰਨ ਲਓ ਕਿ 200 ਪੋਸਟਾਂ ਸੀਗੀਆਂ ਓਪਨ, ਜਿਹਦੇ ਵਿੱਚ ਹਰ ਕੋਈ ਅਪਲਾਈ ਕਰ ਸਕਦਾ ਆ, ਜਾਂ ਫਿਰ ਜਿਹਦੇ ਜ਼ਿਆਦਾ ਨੰਬਰ ਆ ਗਏ ਉਹਦੇ ਉਹ ਵੀ ਕੰਸੀਡਰ ਉਹਦੇ ਵਿੱਚ ਹੀ ਹੋਊਗਾ। ਜੇ ਕੋਈ ਕੈਟੇਗਰੀ ਵਾਲਾ ਪਰਸਨ ਹੈ ਓਪਨ ਲਿਸਟ ਵਿੱਚ ਨਹੀਂ ਆਇਆ ਅਤੇ ਆਪਦੀ ਕੈਟੇਗਰੀ ਵਾਲੀ ਲਿਸਟ ਵਿੱਚ ਉਹ ਪਰਸਨ ਕੰਸੀਡਰ ਹੋਊਗਾ। ਸੋ ਉਹਨਾਂ ਵੱਲੋਂ ਇਹ ਸੇਮ ਹੀ ਕੁਐਸਚਨ ਪੁੱਛਿਆ ਜਾ ਰਿਹਾ ਕਿ ਸਰ ਓਪਨ ਲਿਸਟ ਵਿੱਚ ਮੇਰਾ ਨਾਮ ਆ ਗਿਆ ਅਤੇ ਕੀ ਮੈਂ ਮੰਨ ਲਵਾਂ ਕਿ ਇਹਦੇ ਵਿੱਚ ਮੇਰੀ ਜਿਹੜੀ ਸਿਲੈਕਸ਼ਨ ਹੈਗੀ ਉਹ ਪੱਕੀ ਹੋ ਹੀ ਜਾਣੀ ਆ? ਅਤੇ ਜੇਕਰ ਲਿਸਟ ਦੇ ਵਿੱਚ ਮੰਨ ਲੈਂਦੇ ਹਾਂ ਕਿ 1000 ਟੋਟਲ ਪੋਸਟਾਂ ਸੀਗੀਆਂ ਓਪਨ ਦੀਆਂ, ਜਿਹਦੇ ਵਿੱਚ 200 ਪੋਸਟਾਂ ਸੀਗੀਆਂ ਅਤੇ ਉਹਨਾਂ ਦਾ ਜਿਹੜਾ ਨਾਮ ਹੈਗਾ ਆ 199 ਜਾਂ ਫਿਰ 200 ਨੰਬਰ 'ਤੇ ਆ ਗਿਆ, ਫਿਰ ਵੀ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਪੂਰੀ ਮੰਨੀ ਜਾਊਗੀ ਜਾਂ ਫਿਰ ਪੱਕੀ ਮੰਨੀ ਜਾਊਗੀ? ਸੋ ਇਹਦੇ ਬਾਰੇ ਹੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਬਾਕੀ ਆਪਣਾ ਜਿਹੜਾ ਚੈਨਲ ਹੈਗਾ ਜੀ ਸਿਰਫ ਅਤੇ ਸਿਰਫ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਹੈ। ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਕਿਸੇ ਵੀ ਸਟੂਡੈਂਟ ਨੂੰ ਕੋਈ ਗਾਈਡੈਂਸ ਚਾਹੀਦੀ ਹੁੰਦੀ ਹੈ, ਸਬਜੈਕਟ ਕੰਬੀਨੇਸ਼ਨ, BEd, ETT, ਕਿਹੜਾ ਕੋਰਸ ਬੈਟਰ ਹੈਗਾ, ਇਹਦੇ ਬਾਰੇ ਵੀ ਆਪਾਂ ਜਾਣਕਾਰੀ ਦਿੰਦੇ ਹਾਂ। ਆਪਾਂ ਗੱਲ ਕਰ ਲੈਂਦੇ ਹਾਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਸਿਲੈਕਸ਼ਨ ਲਿਸਟ ਦੀ, ਕਿ ਆਹੀ ਆਪਾਂ ਗੱਲ ਕਰ ਰਹੇ ਹਾਂ ਕਿ ਸਿਲੈਕਸ਼ਨ ਉਹਨਾਂ ਦੀ 100% ਹੋਊਗੀ ਕਿ ਨਹੀਂ। ਸੋ ਇਹਦੇ ਵਿੱਚ 3-4 ਗੱਲਾਂ ਆ ਜਾਂਦੀਆਂ ਨੇ। ਤੁਸੀਂ ਐਗਜ਼ਾਮ ਦਿੱਤਾ, ਤੁਹਾਡੇ ਮਾਰਕਸ ਜਿਹੜੇ ਸੀਗੇ, ਤੁਸੀਂ ਜਿਹੜਾ ਰਿਜ਼ਲਟ ਸੀਗਾ ਜੀ ਤੁਹਾਡਾ ਆ ਗਿਆ, ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਨੰਬਰ ਕਿੰਨੇ ਆਏ ਆ। ਮੈਰਿਟ ਲਿਸਟਾਂ ਵੀ ਬਣਦੀਆਂ ਨੇ, ਬਟ ਮੈਰਿਟ ਲਿਸਟਾਂ ਤੋਂ ਪਹਿਲਾਂ ਵਿਭਾਗ ਵੱਲੋਂ ਤੁਹਾਨੂੰ ਬੁਲਾਇਆ ਵੀ ਜਾਂਦਾ ਆ। ਸੋ ਇੱਥੇ 3-4 ਲਿਸਟਾਂ ਬਣਦੀਆਂ ਨੇ, ਉਹਨਾਂ 3-4 ਲਿਸਟਾਂ ਦੇ ਆਧਾਰ 'ਤੇ ਹੀ ਆਪਾਂ ਇਹਨਾਂ ਗੱਲਾਂ ਨੂੰ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝਿਓ ਕਿ ਜਿਹੜੀ ਇੱਕ ਤਾਂ ਕੰਬਾਈਂਡ ਮੈਰਿਟ ਲਿਸਟ ਬਣਦੀ ਆ, ਉਸ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਅਤੇ ਉਸ ਤੋਂ ਬਾਅਦ ਆਪਾਂ ਇਸ ਇਹਦੇ ਵਿੱਚ ਜਿਹੜੀ ਆਪਣੀ ਸਿਲੈਕਸ਼ਨ ਹੈਗੀ ਆ 100% ਹੋਊਗੀ, ਇਹਦੇ ਬਾਰੇ ਆਪਾਂ ਨੂੰ ਸਕਰੂਟਨੀ ਤੋਂ ਬਾਅਦ ਹੀ ਪਤਾ ਲੱਗੂਗਾ ਜਦੋਂ ਇੱਕ ਪ੍ਰੋਵੀਜ਼ਨਲ ਮੈਰਿਟ ਲਿਸਟ ਆਉਂਦੀ ਹੈ। ਇਹਦੇ ਬਾਰੇ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਡਿਟੇਲ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਵੇਂ ਮੰਨ ਲਓ ਤੁਹਾਡੇ ਨੰਬਰ ਆ ਗਏ 140, ਤੁਹਾਡੇ ਨੰਬਰ ਆ ਗਏ 140, ਮੈਨੂੰ ਨਹੀਂ ਪਤਾ ਤੁਹਾਡੀ ਕਿਹੜੀ ਕੈਟੇਗਰੀ ਹੈਗੀ ਆ। ਬਾਕੀ ਉਹ ਮੈਂਸ਼ਨ ਕਰ ਦਿੰਦੇ ਹੁੰਦੇ ਆ ਕਿ ਓਪਨ ਕੈਟੇਗਰੀ ਦੇ ਵਿੱਚ, ਹੋਪਸੋ ਇੱਥੇ ਬ੍ਰਾਈਟਨੈਸ ਨਹੀਂ ਪੈ ਰਹੀ ਹੋਣੀ, ਬਟ ਚਲੋ ਮੈਂ ਬੋਲ ਰਿਹਾ ਤੁਸੀਂ ਇੰਨਾ ਸੁਣੀ ਲਿਓ। ਓਪਨ ਕੈਟੇਗਰੀ ਦੇ ਵਿੱਚ ਮੰਨ ਲੈਂਦੇ ਹਾਂ ਕਿ ਉਹਨਾਂ ਨੇ ਕਹਿਤਾ ਕਿ ਵੀ 140 ਤੋਂ ਲੈ ਕੇ 142 ਤੱਕ ਜਿਹੜੇ ਕੈਂਡੀਡੇਟ ਹੈਗੇ ਆ ਜੀ ਉਹ ਇਸ ਦਿਨ ਆਉਣਗੇ। ਵੈਸੇ ਉਹਨਾਂ ਨੇ ਵੱਖਰੀਆਂ ਵੱਖਰੀਆਂ ਡੇਟਸ ਦਿੱਤੀਆਂ ਹੁੰਦੀਆਂ ਨੇ, ਕਿਉਂਕਿ ਇੱਕ ਦਿਨ ਵਿੱਚ ਸਾਰਿਆਂ ਦੀ ਸਕਰੂਟਨੀ ਕਰਨਾ ਪੋਸੀਬਲ ਨਹੀਂ ਹੁੰਦਾ। ਮੈਂ ਜਸਟ ਐਗਜ਼ਾਮਪਲਾਂ ਦੇ ਕੇ ਸਮਝਾ ਰਿਹਾ। ਉਹਨਾਂ ਨੇ ਕਿਹਾ ਕਿ 140 ਤੋਂ ਲੈ ਕੇ 142 ਤੱਕ ਜਿੰਨੇ ਵੀ ਕੈਂਡੀਡੇਟ ਹੈਗੇ ਆ ਉਹ ਤੁਸੀਂ ਆ ਜਿਓ, ਅਤੇ ਆਪਾਂ ਮੰਨ ਲੈਂਦੇ ਹਾਂ ਕਿ ਇਹ ਇਹਨਾਂ ਦੀ ਫਾਈਨਲ ਸੀਗੀ। ਇਸ ਤੋਂ ਬਾਅਦ ਉਹਨਾਂ ਨੇ ਓਪਨ ਕੈਟੇਗਰੀ ਵਿੱਚ ਹੋ ਸਕਦਾ ਨਾਮ ਲਾਉਣਾ ਹੋਵੇ ਅਤੇ ਉਹਨਾਂ ਨੇ ਇੰਨਾ ਕਹਿਤਾ। ਇਸੇ ਤਰ੍ਹਾਂ ਹੀ SC RO ਜਿਹੜੀ ਕੈਟੇਗਰੀ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਕਹਿਤਾ ਚਲੋ ਵੀ 138 ਤੋਂ ਲੈ ਕੇ 139 ਵਾਲੇ ਜਿਹੜੇ ਕੈਂਡੀਡੇਟ ਹੈਗੇ ਸੀ ਆਪਾਂ ਉਹਨਾਂ ਨੂੰ ਬੁਲਾ ਲੈਂਦੇ ਹਾਂ। ਇਸ ਤਰ੍ਹਾਂ SC BC ਦਾ ਗੱਲ ਕਰ ਲੈਂਦੇ ਹਾਂ, ਉਹਨਾਂ ਨੇ ਕਹਿਤਾ ਵੀ ਚਲੋ 139 ਤੋਂ ਲੈ ਕੇ 140 ਦੇ ਵਿੱਚ ਜਿਨ੍ਹਾਂ ਦਾ ਨੰਬਰ ਸੀਗਾ, ਮਤਲਬ ਇਹਦੇ ਵਿੱਚ ਤੁਸੀਂ ਸਮਝ ਲਓ, ਐਗਜ਼ਾਮਪਲਾਂ ਦੇ ਰਿਹਾ ਮੈਂ ਕਿ ਇਸ ਤਰ੍ਹਾਂ ਉਹਨਾਂ ਨੇ ਬੁਲਾ ਲਿਆ। ਅਤੇ ਉਹਦੇ ਵਿੱਚ ਉਹਨਾਂ ਦੁਆਰਾ ਇਹ ਗੱਲ ਪੁੱਛੀ ਜਾ ਰਹੀ ਹੈ ਕਿ ਸਰ ਮੰਨ ਲਓ ਕਿ ਮੇਰੇ ਜਿਹੜੇ ਨੰਬਰ ਸੀਗੇ ਉਹ ਕਿੰਨੇ ਆਏ ਸੀਗੇ? 140 ਆਏ ਆ। ਜੇਕਰ ਤੁਹਾਡੇ ਨੰਬਰ 140 ਆਏ ਆ ਤਾਂ ਕੀ 140 ਵਾਲੇ ਨੂੰ ਜਿਹਨਾਂ ਨੂੰ ਬੁਲਾਇਆ ਆ, ਸਕਰੂਟਨੀ ਜਿਨ੍ਹਾਂ ਦੀ ਹੋ ਚੁੱਕੀ ਹੈ, ਕੀ ਉਹਨਾਂ ਦੀ ਜੋਬ ਗਰੰਟਡ ਹੈਗੀ ਆ? ਬਿਲਕੁਲ ਨਹੀਂ। ਕੁਝ ਪੱਕਾ ਨਹੀਂ ਕਿਹਾ ਜਾ ਸਕਦਾ, ਹੋ ਸਕਦਾ ਆ 140 ਵਾਲੇ, ਕਿਉਂਕਿ ਇੱਕ ਕੈਂਡੀਡੇਟ ਤਾਂ ਹੋਣਾ ਨਹੀਂ ਜਿਹਦੇ 140 ਆਏ ਹੋਣੇ ਆ, ਕਾਫੀ ਸਾਰੇ ਕੈਂਡੀਡੇਟ ਹੋਣੇ ਆ। ਮੰਨ ਲੈਂਦੇ ਆ
ਕਿ 50 ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੇ 140 ਆਏ ਸੀਗੇ। ਹੁਣ ਪੋਸਟਾਂ ਦੀ ਗਿਣਤੀ ਦੇ ਆਧਾਰ 'ਤੇ ਆਪਾਂ ਨੂੰ ਇਹ ਡਿਪੈਂਡ ਕਰੇਗਾ ਕਿ ਇਹ 50 ਦੇ 50 ਜੋਬ ਲੱਗਣਗੇ ਜਾਂ ਫਿਰ 50 ਦੇ ਵਿੱਚੋਂ 40 ਲੱਗਣਗੇ ਜਾਂ ਫਿਰ 30 ਲੱਗਣਗੇ, ਕਿਉਂਕਿ ਇੱਥੇ ਏਜ਼ ਵੀ ਮੈਟਰ ਕਰਦੀ ਹੈ। ਮੰਨ ਲੈਂਦੇ ਹਾਂ ਕਿਸੇ ਪਰਸਨ ਦੇ 140 ਨੰਬਰ ਸੀਗੇ, 140 ਨੰਬਰ ਕਿਸੇ ਪਰਸਨ ਦੇ ਆਏ ਅਤੇ ਉਹਨਾਂ ਦੀ ਜਿਹੜੀ ਡੇਟ ਆਫ ਬਰਥ ਹੈਗੀ ਆ ਉਹ ਹੈਗੀ ਆ ਜੀ 1980। ਮੰਨ ਲੈਂਦੇ ਹਾਂ ਉਹਨਾਂ ਦੀ ਡੇਟ ਆਫ ਬਰਥ ਹੈਗੀ ਆ, ਅਤੇ ਇਹ ਵੀ ਮੰਨ ਲੈਂਦੇ ਹਾਂ ਕਿ ਜਿੰਨੇ ਵੀ ਉੱਥੇ ਕੈਂਡੀਡੇਟ ਹੈਗੇ ਸੀਗੇ, ਵੈਸੇ ਏਜ਼ ਲਿਮਿਟ ਹੁੰਦੀ ਆ ਇਹਨਾਂ ਜੋਬ ਦੇ ਵਿੱਚ ਅਪਲਾਈ ਕਰਨ ਦੇ ਲਈ 37 ਸਾਲ ਹੁੰਦੀ ਆ, ਸਾਰਿਆਂ ਨੂੰ ਪਤਾ। ਸੋ ਮੰਨ ਲੈਂਦੇ ਹਾਂ 1980 ਵਾਲਾ ਜਿਹੜਾ ਪਰਸਨ ਹੈਗਾ ਆ ਉਹਨੇ ਅਪਲਾਈ ਕੀਤਾ ਸੀਗਾ ਅਤੇ ਉਹਦੇ ਨੰਬਰ ਆ ਗਏ 140, ਅਤੇ ਉੱਥੇ ਕਾਫੀ ਸਾਰੇ ਕੈਂਡੀਡੇਟ ਸੀਗੇ ਪਰ ਸਭ ਤੋਂ ਵੱਡੇ ਜਿਹੜੇ ਕੈਂਡੀਡੇਟ ਹੈਗੇ ਸੀ ਉਹ 1980 ਵਾਲੇ ਸੀਗੇ, ਅਤੇ ਉਸ ਤੋਂ ਬਾਅਦ ਕੁਝ 1991 ਵਾਲੇ ਵੀ ਹੈਗੇ ਸੀ, 1995 ਜਿਨ੍ਹਾਂ ਦਾ ਜਨਮ ਹੋਇਆ ਉਹ ਸਾਰੇ ਕੈਂਡੀਡੇਟ ਦੀ ਮੈਂ ਗੱਲ ਕਰ ਰਿਹਾ, ਅਤੇ ਉਹਨਾਂ 'ਚੋਂ 1999 ਵਾਲੇ ਵੀ ਹੈਗੇ ਆ, ਅਤੇ ਉਹਨਾਂ ਵਿੱਚੋਂ ਜਿਹੜੇ ਸਭ ਤੋਂ ਵੱਡੇ ਵੱਡੇ ਹੋਣਗੇ, ਮਤਲਬ ਕਿ ਜਿਹੜੇ ਏਜ਼ਡ ਪਰਸਨ ਹੋਣਗੇ ਸੀਟਾਂ ਦੇ ਅਕੋਰਡਿੰਗ, ਜਿੰਨੀਆਂ ਸੀਟਾਂ ਪਈਆਂ ਹੋਣਗੀਆਂ ਉਹਨਾਂ ਨੂੰ ਤਾਂ ਜੋਬ ਮਿਲ ਜਾਣੀ ਆ, ਅਤੇ ਹੋ ਸਕਦਾ ਕਿ 140 ਨੰਬਰ ਲੈਣ ਵਾਲਾ ਜਿਹੜਾ ਕੈਂਡੀਡੇਟ ਹੈਗਾ ਆ ਜਿਹਦੇ ਨੰਬਰ 19 1999 ਦਾ ਬਰਥ ਆ ਜਾਂ ਫਿਰ 98 ਦਾ ਬਰਥ ਹੈ, 95 ਦਾ ਬਰਥ ਹੈ, ਉਹਦੀ ਸਿਲੈਕਸ਼ਨ ਨਾ ਹੋਵੇ। ਸੋ ਉਸ ਤੋਂ ਬਾਅਦ ਜਿਹੜੀ ਇੱਕ ਪ੍ਰੋਵੀਜ਼ਨਲ ਲਿਸਟ ਆਊਗੀ ਉਹਦੇ ਵਿੱਚ ਜੇ ਤੁਹਾਡਾ ਨਾਮ ਆ ਗਿਆ ਸਕਰੂਟਨੀ ਡਾਕੂਮੈਂਟ ਕਰਨ ਤੋਂ ਬਾਅਦ, ਤੁਹਾਡੇ ਜਿਹੜੇ ਡਾਕੂਮੈਂਟ ਹੈਗੇ ਆ ਚੈੱਕ ਕਰਨ ਤੋਂ ਬਾਅਦ ਉਹਦੇ ਵਿੱਚ ਜੇ ਤੁਹਾਡਾ ਨਾਮ ਆ ਗਿਆ ਫਿਰ ਆਪਾਂ ਮੰਨ ਲਾਂਗੇ ਕਿ ਤੁਹਾਡੀ ਜਿਹੜੀ ਸਿਲੈਕਸ਼ਨ ਹੈਗੀ ਆ ਜੀ ਉਹ ਲਗਭਗ ਪੱਕੀ ਹੀ ਹੋਊਗੀ। ਐਂਡ ਇੱਕ ਗੱਲ ਹੋਰ, ਸਕਰੂਟਨੀ ਦੇ ਵਿੱਚ ਜ਼ਿਆਦਾ ਕੈਂਡੀਡੇਟ ਬੁਲਾਏ ਜਾਂਦੇ ਆ, ਕਿਉਂ? ਕਿਉਂਕਿ ਹੋ ਸਕਦਾ ਤੁਸੀਂ ਨਾ ਪਿਛਲੇ ਸਾਲ ਵਾਲੇ ਜਿਹੜੇ ਰਿਜੈਕਟਡ ਕੈਂਡੀਡੇਟ ਹੁੰਦੇ ਆ ਨਾ, ਕਦੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਿਓ, ਲਿਸਟ ਚੈੱਕ ਕਰਿਓ ਕਿ ਉਹਨਾਂ ਦਾ ਰੀਜ਼ਨ ਕੀ ਸੀ ਰਿਜੈਕਟ ਹੋਣ ਦਾ। ਜਿਵੇਂ ਕਈਆਂ ਦਾ ਸਬਜੈਕਟ ਕੋਂਬੀਨੇਸ਼ਨ ਹੀ ਬਣਦਾ ਗ੍ਰੈਜੂਏਸ਼ਨ ਦੇ ਬੀਐਡ ਦੇ ਵਿੱਚ, ਜਾਂ ਫਿਰ ਉਹਨਾਂ ਨੇ ਉਹ ਸਬਜੈਕਟ ਨਹੀਂ ਫਿਲ ਕੀਤੇ ਪੜ੍ਹੇ ਹੁੰਦੇ ਆ, ਜਾਂ ਫਿਰ ਉਹਨਾਂ ਦਾ ਪੀਐਸਟੈਟ ਸਰਟੀਫਿਕੇਟ ਪਾਸ ਨਹੀਂ ਹੁੰਦਾ, ਕਿਉਂਕਿ ਕਈ ਵਾਰ ਇਹੋ ਜਿਹੇ ਕੈਂਡੀਡੇਟ ਵੀ ਫਾਰਮ ਨੂੰ ਫਿਲ ਕਰ ਲੈਂਦੇ ਆ, ਕੁਝ ਡਾਕੂਮੈਂਟ ਨਹੀਂ ਪ੍ਰੋਡਿਊਸ ਕਰ ਪਾਉਂਦੇ, ਇਸ ਕਰਕੇ ਉਹ ਜਿਹੜੇ ਕੈਂਡੀਡੇਟ ਹੁੰਦੇ ਆ ਜੀ ਉਹ ਰਿਜੈਕਟ ਹੋ ਜਾਂਦੇ ਆ। ਸੋ ਜੇਕਰ ਉਹ ਕੈਂਡੀਡੇਟ ਰਿਜੈਕਟ ਹੋ ਗਿਆ ਤਾਂ ਉਹਦੀ ਥਾਂ 'ਤੇ ਕੋਈ ਟੀਚਰ ਤਾਂ ਬਣੂਗਾ ਹੀ ਨਾ, ਸੋ ਇਸ ਕਰਕੇ ਪੂਰੇ ਕੈਂਡੀਡੇਟ ਨੂੰ ਨਹੀਂ ਬੁਲਾਇਆ ਜਾਂਦਾ, ਐਕਸਟਰਾ ਕੈਂਡੀਡੇਟ ਨੂੰ ਵੀ ਇੱਥੇ ਬੁਲਾਇਆ ਜਾਂਦਾ। ਉਸ ਤੋਂ ਬਾਅਦ ਜਿਹੜੀ ਪ੍ਰੋਵੀਜ਼ਨਲ ਲਿਸਟ ਜਾਰੀ ਕੀਤੀ ਜਾਂਦੀ ਹੈ ਉਹਦੇ ਵਿੱਚ ਓਪਨ ਲਿਸਟ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਸੀਗੀ, ਓਪਨ ਲਿਸਟ ਦੇ ਵਿੱਚ ਜੇਕਰ 100 ਜਾਂ ਫਿਰ ਜਨਰਲ ਕੈਟੇਗਰੀ ਦੀਆਂ ਓਪਨ ਕੈਟੇਗਰੀ ਦੀਆਂ 200 ਪੋਸਟਾਂ ਸੀਗੀਆਂ ਅਤੇ ਉਹਦੇ ਵਿੱਚ ਤੁਹਾਡਾ 200 ਨੰਬਰ 'ਤੇ ਵੀ ਜੇਕਰ ਤੁਹਾਡਾ ਨਾਮ ਆ ਗਿਆ ਨਾ, ਫਿਰ ਤੁਹਾਡੀ ਸਿਲੈਕਸ਼ਨ ਜਿਹੜੀ ਹੈਗੀ ਆ ਜੀ ਉਹ ਪੱਕੀ ਮੰਨੀ ਜਾਊਗੀ, ਉੱਥੇ ਫਿਰ ਤੁਹਾਨੂੰ ਕੋਈ ਰਿਸਕ ਨਹੀਂ ਹੈਗਾ। ਠੀਕ ਆ ਜੀ, ਬਸ ਕੋਈ ਕੋਰਟ ਕੇਸ ਨਾ ਲੱਗੇ, ਕਿਉਂਕਿ ਪਿਛਲੇ ਟਾਈਮ ਤੋਂ ਆਪਾਂ ਕੁਝ ਗੱਲਾਂ ਨੋਟਿਸ ਕਰ ਰਹੇ ਹਾਂ ਕਿ ਆਫਰ ਲੈਟਰ ਦੇ ਕੇ ਵੀ ਆਫਰ ਲੈਟਰ ਤੁਹਾਡੇ ਤੋਂ ਖੋਹ ਲਿਆ ਜਾਂਦਾ ਆ ਜਦੋਂ ਕੋਈ ਕੋਰਟ ਕੇਸ ਲੱਗ ਜਾਂਦਾ। ਸੋ ਵੈਸੇ ਆਪਾਂ ਮੰਨ ਕੇ ਚੱਲਦੇ ਹਾਂ ਜਿਹੜਾ ਪਰਸਨ ਲਾਸਟ 'ਤੇ ਆਇਆ ਉਹਦੀ ਸਿਲੈਕਸ਼ਨ ਵੀ ਪੱਕੀ ਹੈ। ਬਾਕੀ ਆਹ ਜਿਹੜੇ ਤੁਸੀਂ ਕਮੈਂਟ ਪੜ੍ਹਿਆ ਜਿਹੜਾ ਮੈਂ ਸਟਾਰਟਿੰਗ 'ਤੇ ਤੁਹਾਨੂੰ ਵਿਖਾਇਆ, ਕਾਫੀ ਟਾਈਮ ਤੋਂ ਇਹ ਕੁਸ਼ਚਨ ਪੁੱਛ ਰਹੇ ਸੀਗੇ, ਬਟ ਟਾਈਮ ਦੀ ਸ਼ੋਰਟੇਜ ਕਰਕੇ ਜਾਂ ਫਿਰ ਮੈਂ ਸੋਚ ਰਿਹਾ ਸੀਗਾ ਚਲੋ ਕੋਈ ਗੱਲ ਨਹੀਂ ਇਹਦੇ ਰਿਗਾਰਡਿੰਗ ਮੈਂ ਵੀਡੀਓ ਬਣਾ ਦੂੰਗਾ। ਬਾਕੀ ਜਿਨ੍ਹਾਂ ਸਾਥੀਆਂ ਨੂੰ ਜੋ ਮੈਂ ਸਮਝਾਇਆ ਉਹ ਸਮਝ ਲੱਗ ਗਿਆ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਪਹਿਲੀ ਵਾਰ ਦੱਸ ਰਿਹਾ ਹੁੰਦਾ ਤਾਂ ਹੋ ਸਕਦਾ ਵੀ ਕੁਝ ਮੈਂ ਥੋੜ੍ਹਾ ਜਿਹਾ ਸਟੰਬਲ ਵੀ ਕਰਾਂ, ਬਟ ਮੈਂ ਆਪਦੀ ਨੌਲੇਜ ਅਕੋਰਡਿੰਗ ਜਿੰਨਾ ਕੁ ਮੈਨੂੰ ਪਤਾ ਆ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਜੇ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਗੋਡ ਬਲੈਸ ਯੂ ਆਲ।